ਬਾਬੀ ਕੋਲ ਮਜ਼ਾ ਆਇਆ ਸੀ ਉਸਨੂੰ ਕੀ ਮਾੜੇ ਨਾ ਉਮੀ ਚਾਰ ਮਜ਼ਾ ਆਇਆ ਮੈਂ ਤਾਂ ਕੋਈ ਜੰਗਲਾਂ ਵਿੱਚ ਘੱਲਾ ਛੋੜੀ ਗਏ ਮੇਰੇ ਮਾੜੇ ਦੋਸਤ ਲਗੇ ਗਏ ਨੇ ਤੇ ਗੁਰ ਗੁਰ ਹੋਣੀ ਵੀ ਬੰਦਿਆਂ ਨੀ ਸਹਣੀ ਆਪਣੇ ਮਾੜੇ ਗੁਰ ਉਹ ਅੱਲਾ ਖੈਰ ਹੈ ਕੁੜਿਓ ਭਾਈ ਤਾਰਫ ਕਰਾਓ ਉਹ ਇੱਧਰ ਹੀ ਸੁਣਾ ਉਹ ਕੁੜਿਓ ਬਏ ਉਹ ਪਿੱਛਾ ਹਟ ਮੈਂ ਦੋਸਤਾਂ ਅੱਲਾ ਮਾਰ ਰਹਾ ਹੂੰ ਇਹ ਤੱਕੋ ਜੀ ਸੋਫਾ ਸਾਰਾ ਟੈਂਟ ਜਿਹੜਾ ਨਕਸ਼ਾ ਬਣਨਾ ਪਿਆ ਇਤਨੀ ਕਮਯਾਬੀ ਹੋਈ ਗਈ ਅਸਾਂ ਕੀ ਸੋਫਾ ਤੱਕੋ ਤੰਦੂਰੀ ਲੱਗਾ ਸ਼ਗਾ ਮਾਸ਼ਾ ਅੱਲਾ ਚੈੱਕ ਕਰੋ ਇੱਕ ਵਾਰੀ ਮਜ਼ਾ ਐਸੀ ਹੈ ਫੁੱਲ ਮਿੱਟੀ ਦੇ ਉੱਪਰ ਇਹ ਵੇ ਤੂੰ ਹੁਣ ਦਵਾਈ ਹੈ ਕਰੇ ਸਰ ਗੱਡੀ ਨਿਕਲੀ ਜਾ ਹੁਣ ਜਿਹੜੀ ਅੱਲਾ ਕੀਤੀ ਹੁਣ ਤਾਂ ਵੈਸੇ ਯਕੀਨ ਮੰਨੋ ਬੜਾ ਮਜ਼ਾ ਆਇਆ ਪਹਿਲੀ ਕੰਪਨੀ ਮਜ਼ਾ ਕੋਈ ਸਨਾ ਮਜ਼ਾ ਆਇਆ ਸੀ ਹੁਣ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵੀਵਰਸ ਉਮੀਦ ਕਰਨਾ ਸਾਹਿਬ ਪਾਪਾ ਠੀਕ ਠਾਕ ਹੋ ਸੋ ਖੈਰ ਓ ਖਰੀਅਤ ਨਾ ਸੋ ਅੱਲਾ ਤਾਲੇ ਸੋ ਅਮਾਨ ਜੋ ਸੋ ਜੀ ਮਰਾਕੋ ਟੂ ਆਏਗਾ ਕੰਪਲੀਟ ਤਾਂ ਹੁਣ ਬੈਕ ਟੂ ਯੂ ਕੇ ਹਾਂ ਜੀ ਤਾਂ ਅੱਜ ਸਾਰਾ ਪ੍ਰੋਗਰਾਮ ਹੈ ਕਿ ਜਿਹੜੀ ਹੈ ਬਾਹਰ ਥੋੜ੍ਹਾ ਜ਼ਿਆਦਾ ਮਤਲਬ ਅੱਜ ਕੱਲ੍ਹ ਤੱਕ ਯੂ ਕੇ ਟੈਂਸ਼ਨ ਚੱਲੀ ਰਹੀ ਹੈ ਵੋ ਨਹੀਂ ਲੜਾਈ ਨਹੀਂ ਜਿਹੜੀ ਰਸ਼ੀਅਨ ਸੋਚ ਰਹੇ ਪਏ ਅੱਲਾ ਕਰੇ ਨਾ ਹੀ ਮੈਂ ਤਾਂ ਸਾਰੇ ਦੋਸਤ ਬਾਪ ਇਕੱਠੇ ਹੋ ਸੋ ਮਰਜ਼ੀ ਜੁਲਮ ਬਾਹਰ ਕੋਈ ਕੈਂਪਿੰਗ ਕਰਨ ਵਾਸਤੇ ਨਾਲ ਕੋਈ ਬਾਰਬੀਕਿਊ ਵਗੈਰਾ ਜਾਂ ਕੋਈ ਸਪੈਸ਼ਲ ਫਿਸ਼ ਕਰਨ ਮਰਜ਼ੀ ਹੈ ਤੱਕੜੀਆਂ ਕਿਆ ਕਰਨੇ ਹਾਂ ਸਾਰੇ ਗੁਲਸਾਂ ਇਨਸ਼ਾ ਅੱਲਾ ਫਰੈਂਡ ਇਕੱਠੇ ਰਿਹਾ ਸਾਡੇ ਨਾਲ ਤਾਂ ਇਨਸ਼ਾ ਅੱਲਾ ਸਫ਼ਰ ਕਰਨੇ ਆਗਾਜ਼ ਅੱਛੋ ਬਲੇ ਰੱਖਣੇ ਸਮਾਨ ਗੱਡੀ ਆਏਗਾ ਜੀ ਸਾਰਾ ਪੈਟਰੋਲ ਸਟੇਸ਼ਨ ਇਨਸ਼ਾ ਅੱਲਾ ਲੈਣਾ ਡੀਜ਼ਲ ਲੈ 139 ਤਾਂ ਪੈਟਰੋਲ ਲੈ 151 ਵੈਸੇ ਕਾਫ਼ੀ ਚੰਗੀ ਖ਼ਬਰ ਇਹ ਆ ਕਿ ਅੱਜ ਨਿਕਲਦਾ ਵਾ ਧੁੱਪ ਨਿਕਲਦੀ ਤਾਂ ਕੁਆ ਦੱਸਿਆ ਨਹੀਂ ਅੱਜ ਸੂਰਜ ਨਿਕਲਦਾ ਵਾ ਤਾਂ ਇਨਸ਼ਾ ਅੱਲਾ ਕੰਪੀ ਸ਼ਮੀ ਠੀਕ ਹੋਣੀ ਚਾਹੀਦੀ ਤਾਂ ਹਵਾ ਚੁੱਲੀ ਥੋੜ੍ਹੀ ਥੋੜ੍ਹੀ ਇਹ ਤਾਂ ਸਰਦੀ ਹੈ ਗਰਮੀ ਤਾਂ ਹੋਣੀ ਹੈ ਇਹ ਤਾਂ ਕੋਈ ਕਿਸੇ ਪਤਾ ਟੰਗੇ ਆਪਣੇ ਸ਼ੂਜ਼ ਇਹ ਚੈੱਕ ਕਰੋ ਚੈੱਕ ਕਰੋ ਸਰ ਇਹ ਦੱਸਿਆ ਨਹੀਂ ਹਾਂ ਬਸ ਸ਼ੇਰਾ ਉਸ ਦਿਨ ਮੈਂ ਇੰਨਾ ਲਾਉਣਾ ਸ਼ੂਜ਼ ਇਹ ਬੂਟ ਉੱਟਾ ਲਾਉਣਾ ਆਪਣੇ ਉੱਤੇ ਤਾਰਾ ਟੰਗੀ ਛੋੜੇ ਪੂਰਾ ਜੋੜਾ ਤਾਰਾ ਟੰਗਿਆ ਹੁਣ ਬਾਓ ਪਾਪਾ ਜਵੇਦ ਘਰ ਪਹੁੰਚੀ ਹੁਣ ਤਾਂ ਚੁੱਲਿਆਂ ਤੱਕਣੇ ਜੀ ਸਾਡਾ ਪਾਪਾ ਜਵੇਦ ਹੁਣ ਬਾਹਰ ਨਿਕਲਿਆ ਫਿਰ ਉਹਨਾਂ ਕੀ ਸਾਰਾ ਸਮਾਨ ਚੁਆਉਣੇ ਆ ਅੱਗੇ ਗੱਡੀ ਨਾਲ ਬੂਟ ਰੈਡੀ ਫੁੱਲ ਆ ਤਾਂ ਇਨਸ਼ਾ ਅੱਲਾ ਅਸਾਂ ਹੀ ਨਾ ਜੁਲੇ ਹਫ਼ਤੇ ਵਸ ਹੈ ਇਤਨਾ ਸਮਾਨ ਇਕੱਠਾ ਕਰਨੇ ਗਿਆ ਲੇਕਿਨ ਚਲੋ ਸਮਾਨ ਚਾਹੀਦਾ ਹੁੰਦਾ ਕਿ ਤਾਂ ਬੰਦੇ ਕਿਧਰੇ ਹੋਣ ਅਤੇ ਬੰਦੇ ਜ਼ਿਆਦਾ ਦੋ ਗੱਡੀ ਜੁਲ ਸੋ ਲਓ ਜੀ ਸਾਲਾ ਈਦੀ ਨੇ ਚੰਨ ਨਿਕਲੀ ਆ ਬਾਹਰ ਈਦੀ ਨੇ ਚੰਨ ਕੋਣਾ ਸਾਰਾ ਇਹ ਤੱਕ ਹੋਣਾ ਸਾਰਾ ਈਦੀ ਨੇ ਚੰਨ ਪਾਪਾ ਜਵੇਦ ਇਹ ਪਾਪੇ ਤੁਸੀਂ ਕੈਂਪਿੰਗ ਕਰ ਜੁਲੇ ਹੋ ਸ਼ਾਦੀ ਵਿਚੁਲੇ ਵਾਲੇ ਪਾਓ ਹੇ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਪਹਿਲੇ ਮੁਬਾਰਕ ਹੋ ਸੀ ਨਾ ਚੰਨ ਮੁੰਡਾ ਸੀ ਗਿਆ ਖੈਰ ਮੁਬਾਰਕ ਜੀ ਇਹ ਤੱਕੋ ਜੀ ਇਹ ਤੁਸਾਂ ਨੀ ਮਿਹਨਤਾਂ ਕਾਫੀਆਂ ਆ ਪਰ ਇਹ ਤੱਕੋ ਪਾਪਾ ਖੁਸ਼ ਆ ਅੱਜ ਕਿ ਪਾਪੇ ਦਾ ਚੰਨ ਹੋ ਗਿਆ ਮੁੰਡਾ ਇਸ ਤਾਂ ਪਾਪਾ ਬਹੁਤ ਖੁਸ਼ ਹੈ ਇਸ ਖੁਸ਼ੀ ਪਾਪੇ ਮਾਰਿਆ ਸਕਲਾ ਤੱਕੋ ਆਏ ਆਏ ਹਾਏ 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 ਪਾਪੇ ਚਮਕੜੇ ਆ ਜੂ ਕਹਿ ਗਏ ਜੀ ਅੱਲਾ ਮੈਂ ਸਮਝ ਲਈ ਸ਼ਾਦੀ ਜੁਲਿਆ ਸੋ ਤੁਸੀਂ ਪਤਾ ਇਹ ਤਾਂ ਮਾੜਾ ਸ਼ੁਰੂ ਸੀ ਡਰੈਸ ਹੋਇਆ ਇਸਾਂ ਕਿ 6 ਮਹੀਨੇ ਹੋਣੇ ਜਾਣੇ ਕੰਮ ਕਰਨੇ ਸੋ ਨਾ ਇਹ ਗੱਲ ਕੋਈ ਵੀ ਵੀਡੀਓ ਕੱਢੀ ਤੱਕੋ ਭਾਈ 3 ਪੀ ਸੂਟਾਂ ਤੋਂ ਬਗਾਇਆ ਕੋਈ ਥੀ ਇਹ ਗੱਲ ਪਾਪੇ ਨਾਲ ਇੱਕ ਤਰ੍ਹਾਂ ਬੜਾ ਸ਼ੁਕਰੀਆ ਸੋ ਇਤਨਾ ਪਿਆਰ ਤਾਂ ਮਿਕੀ ਪਾਪੇ ਜਿਵੇਂ ਚੰਨ ਮੁੰਡਾ ਜਿਸ ਕਰਿਆ 6 ਮਹੀਨਿਆਂ ਵਿੱਚ ਠੀਕ ਹੈ ਇਹ ਮਿਹਨਤਾਂ ਕਰ ਜਾਈਆਂ ਸਾਡੇ ਭਾਈ ਨਾਸੂਰ ਹੋਣ ਨਹੀਂ ਯਾਰ ਇਨਸ਼ਾਅੱਲਾ ਜੀ ਇਹਨਾਂ ਵਾਸਤੇ ਦੁਆ ਕਰੋ ਕਿ ਅੱਲਾ ਤਾਲਾ ਇਹਨਾਂ ਦੀ ਫੈਮਿਲੀ ਕੀ ਇਹਨਾਂ ਦੀ ਅੱਲਾ ਤਾਲਾ ਸਲਾਮਤ ਰੱਖੋ ਆਪਣੇ ਬੀਬੀ ਨੇ ਸਾਹਿਬ ਆਮੀਨ ਆਮੀਨ ਤਾਂ ਕੋ ਨਾਲੇ ਪਹਿਲਾਂ ਪ੍ਰਭੂ ਸ਼ੁਕਰੀਆ ਜੀ ਜਿਹੜਾ ਪਹਿਲਾਂ ਸਪੋਰਟ ਕੀਤੀ ਹੈ ਤਾਂ ਕੋ ਕਿਤੇ ਮਾਰੇ ਚੰਨ ਸੋ ਚੰਨ ਪ੍ਰੇ ਸਪੋਰਟ ਕੀਤੀ ਹੈ ਪਹਿਲਾਂ ਪ੍ਰਭੂ ਬੜਾ ਸ਼ੁਕਰੀਆ ਬੜੀ ਮਿਹਰਬਾਨੀ ਥੈਂਕ ਯੂ ਸਰ ਹੁਣ ਰੱਖਣੇ ਸਮਾਨ ਗੱਡੀ ਵਿੱਚ ਟਾਈਮ ਜ਼ਾਇਆ ਕਰਨੇ ਪਹਿਲੇ ਆ ਗਿਆ ਜੀ ਸਾਰਾ ਬਾਰਬੀਕਿਊ ਰੱਖੀ ਜਿਹੜਾ ਜੀ ਤਾਂ ਬਾਕੀ ਸਮਾਨ ਵੀ ਉਹ ਆਸਾ ਰੱਖਣੇ ਗੱਡੀ ਵਿੱਚ ਹੁਣ ਟੈਂਸ਼ਨ ਵੀ ਆ ਰਹੀ ਆ ਗੱਡੀ ਦਾ ਬੂਟ ਆਲਰੇਡੀ ਫੁੱਲ ਹੈ ਤਾਂ ਸਭ ਚੈੱਕ ਕਰਾ ਲੈ ਤਾਂ ਬਾਕੀ ਸਮਾਨ ਰੱਖਣੇ ਨੇ ਕੰਮ ਫੁੱਲੋ ਫੁੱਲ ਹੋਏਗਾ ਲੇਕਿਨ ਸਮਾਨ ਜੁਲਦਾ ਨੂੰ ਪੇ ਜੀ ਇਹ ਟੈਂਟ ਹੈ ਹਾਂ ਜੀ ਦੋ ਦੋ ਪਾਪੇ ਜਵੇਦ ਨਾਲ ਲੋਕਲ ਬਾਜ਼ਾਰ ਕਿਉਂ ਪਾਪੇ ਹਾਂਜੀ ਹਾਂਜੀ ਇੱਥੋਂ ਸਭ ਕੁਝ ਕਿੰਨਾ ਹੁਣ ਗੋਸ਼ਤ ਵਗੈਰਾ ਕਿਉਂ ਪਾਪੇ ਇਥੋਂ ਇਨਸ਼ਾਅੱਲਾ ਕੋ ਪੁੜਨੇ ਆ ਆਂਡੀ ਸ਼ਾਂਡੀ ਸਮਾਨ ਵੀ ਤੇ ਬਾਕੀ ਸਿਸਟਮ ਵੀ ਤੇ ਫਿਲਹਾਲ ਦੋ ਬੰਦੇ ਦਾ ਫੋਨ ਕੋ ਨਹੀਂ ਚਾਇਆ ਇੱਕ ਸਹੀ ਫੋਨ ਚਾਇਆ ਸੋ ਫਾਰ ਤੇ ਇੱਕ ਹੋਰ ਬੰਦਾ ਉਸ ਨੇ ਕਿਸੇ ਹੋਰ ਨੇ ਕੰਟੈਂਟ ਚੀਸਣਾ ਸੀ ਤੇ ਸੋ ਫਾਰ ਤਕਣੇ ਤਰੇ ਬੰਦੇ ਲੈਮ ਚਾਪੋ ਜ਼ਬਰਦਸਤ ਲੈਮ ਜੋ ਲਗਾ ਜ਼ਬਰਦਸਤ ਤੇ ਨਾਲ ਇੱਕ ਬੰਦਾ ਲਾਸਮ ਖੜਿਆ ਸੀ ਬਣਨਾ ਸੀ ਪਤਾ ਨਹੀਂ ਲੈਮ ਚਾਪੋ ਨਾਲ ਹੁਣ ਪਤਾ ਪੁੜਨੇ ਕਾ ਪੁੜਨੇ ਇਹ ਕਾ ਕਹਨੇ ਹੋ ਇਹ ਕਾ ਕਹਨੇ ਹੋ ਤਕੋ ਇੱਕ ਆ ਮੀਂਹ ਤੇ ਨਿੰਬੂ ਲਗਣੇ ਸਲਾਦ ਵਗੈਰਾ ਇਨਸ਼ਾਅੱਲਾ ਫਿਰ ਕਰਨੇ ਜਰਨੀ ਜਾਰੀ ਸੋਹ ਰੋਡ ਤੱਕੋ ਬਿਜ਼ੀ ਬਿਜ਼ੀ ਸੈਟਰਡੇ ਮਾਰਨਿੰਗ ਤਾਂ ਬਿਜ਼ੀ ਤੱਕੋ ਜੀ ਤਾਂ ਭੈਣ ਭਰਾ ਫਾਈਨਲੀ ਪਹੁੰਚੀ ਅਸਾਂ ਕਿੱਥੇ ਕੈਂਪਿੰਗ ਦੀ ਜਗ੍ਹਾ ਪਰ ਇੱਥੇ ਹੁਣ ਕੈਂਪਿੰਗ ਪ੍ਰੋਪਰ ਜਗ੍ਹਾ ਹੋਣੀ ਆ
ऐसा उत्तर कैंपिंग करी सकने वैसे अज असों अग्नि बाली सकने रोले भी है यूके आ सारी गल करना पैना है तो कोई ना है जी वेलकम लो जी फन पहुंची अस जितने को पहले पहले कंपिंग करने तो कुछ चेक करा हमें है देखो ये पहले ने उन्हें निशानियां रखी हुई अपनिया कड़िया ला है देखो चाह बना रहा है तक ने जबरदस्त सिस्टम हो गया उन्हें चंडे छंडे लाए थे उन्हें इतना इंशाला जरा ना असम कोई लाने इतना ही सिस्टम अच्छा अगर बड़ी रौनक होनी है गर्मियों से निकल सर्दियों चाहिए सर्दियों सर्दियों इतने बंद नहीं होने ना जी कल गर्मियों तो बड़ी रौनक होनी है ए तो कुछ बंदे बहने सहने जगह भी रखी हुई है इतना अग बाले राती बहने वास्त है तो कौन इतना राती भी वर्कशॉप बालो इतना टेबल शेबल पे वे लेकिन बड़ा सिस्टम है बड़ा फाइनली जी पापे ये जा ठीक है जबरदस्त पापा धुप शुप लगनी देर लगना बस पापे जा पसंद की जा सही है दसना तो जी ए जा पसंद की है तो कुछ लाया ना लकड़ी ना पुल ये लकड़ी ना ब्रिज आई गया जी तो लिहाजा इस पूरे एरिए मैं ही गड्डी गांधी है बाकी तो गड्डी कौन है तो मसला बड़ा है कि हूँ चेक कराना गड्डी ने टायर फुल मिट्टी ने भरे हुए चिकड़ा ए चेक करो जी सो फार गड्डी टायर माड़े क्या बाने पे तो ये नज़र मारो खोला फुल मिट्टी के भरे हुए तो हूँ हूँ दुआ ही करे से गड़ी निकली जाए हूँ जी अल्लाह की हूँ तो हूँ फिलहाल कम भी करने हूँ ये आखिर टेंशन सोचता गड्डी ने क्या सी हाले आए इंजॉय करने खाना बना करने ना चेक कराने रिओ साढ़े नाल से दसने सब कुछ इस बाद टेंशन खुला सारे माशाल्लाह जी तो नव टेंट आता भाई जो ब्रांड न्यू तो फर्स्ट टाइम लाने तो कोई सारा एक्सपीरियंस काफी अच्छा होना ऐ तको जी सोफा सारा टेंट जरा नक्शा बनना पिया इतनी कामयाबी होगी असं की तो जने दो लगे मैं भी मैं नाल भैन भरा चेक करा अग बनना चेक करा भी जी फाइनली ए सारी लुक जी टेंट नहीं ए लुक है नाल सारे जंगलें नहीं तो ए लुक है पापे जवेद नहीं पापा जी सदी ले भी भैन भराओ सदी लगनी भी जेकर खाना खासा अग शा बालसा इंशाला निजाम सैट हो जासी है ऐ तो फाइनली जी माशाल्लाह सारा हो गया कम सैट ऐ तो कोई सारा हो गया कमरा सैट माशाल्लाह बैने चाह रही होगी खुला डुला आराम ना तकरीबन छे बंदे बैठ सकने सुकून ना जबरदस्त हां ते अठा असी हुन चस ते खाना से भजे पकासी ना हां खासा ना अभी मजा आएगा ना भिड़ो पापे शेफ एक साफ शाही कैम ਉਵਾ ਕਰ ਰਹੀ ਸੀ ਡਰ ਸੀ ਜੀ ਫਿਲਹਾਲ ਗੱਡੀ ਗਈ ਫਸੀ ਥਲਾ ਸੀ ਚਿਕਨੀ ਮਿੱਟੀ ਤੇ ਲਿਆਜ਼ਾ ਕਿ ਉਹਨੂੰ ਬਾਬੀ ਕਿਸ਼ੂ ਸਾਲਾ ਉਸੀ ਇਨਸ਼ਾਅੱਲਾ ਸਕਰ ਸਾਲੇ ਕਾ ਪਹਿਲਾਂ ਗੱਡੀ ਗੜੀ ਗਈ ਨਾ ਗੱਡੀ ਮੈਂ 3 ਬੁੱਟਾਂ ਮਾਰੇ ਕੋਸ਼ਿਸ਼ ਕੀਤੀ ਹੈ ਲੇਕਿਨ ਥਲਾ ਚਿਕਨੀ ਮਿੱਟੀ ਸੀ ਤੇ ਹੁਣ ਪੂਰਾ ਟੈਕਸੀ ਜ਼ਿਆਦਾ ਚਰਵਾ ਲਾਸਾਂ ਨੇ ਪਰ ਤੇ ਜਿਹੜੀ ਅੱਲਾ ਕੀਤੀ ਚੁੱਕਣ ਦੀ ਕੋਸ਼ਿਸ਼ ਕਰਸਾ ਫਿਲਹਾਲ ਫਸੇ ਵੇ ਹੁਣ ਤੱਕ ਕੀ ਹੋਣਾ ਦੱਸਿਆ ਸੋਗੀ बहुत अखो जी अस आई गए गड्डी चलाने डर लगना नहीं वैसे ये तो कोई गड़ी है सब शायद नालिया पी हुई सन भैंठ वेले नहीं तो दिल क्या करना गड्डी पुठी ना जा पूरे ये जा दोस्तों हकीकत गल गड़ी पुठी होने जा सकते पूरा पता मजाक ना करना सीरियस में यह आंदा रिकॉर्ड कैमरा पुठी लग रहा गड्डी भाप्य चंगा बंदा कट्ठे ही उसी जरा उसी साढ़े पिछले कोई और भी आया तको ना वो मुड़ी गया वापस उसे भाई ये पागल है इधर चुनाव में यह हो गया एडवेंचर अज ये अज कोई पता नहीं अस कुछ एंड अप हो सा लेकिन हो सा है कुरा जरूर ये बिल्कुल बस आपने जंगल बिया बहन ना बंदा ना बंदे ने जात पर जवेद जी जी जे तो कोई शेर निकली है नाल बकरी समेत का कर सो ਪਪਿਓ ਸਲਾਮ ਸਲਾਮ ਹੈ ਰੇ ਕਰਾ ਜੀ ਓਏ ਹੋਏ ਪਾਪਾ ਇਦਾਂ ਨਿਕਲੀ ਤੇ ਨਾ ਆਈ ਕਿ ਇਹ ਹੁਣ ਕਾ ਸੀ ਇਹ ਕਾ ਸਲਾਬ ਹੈ ਇਥੋਂ ਗੱਡੀ ਨਹੀਂ ਸਲਾਬ ਹੈ ਜੂ ਓਹੋ ਆ ਚੱਕਰ ਪਰਾਂ ਬਰੋ ਇਹ ਤਾਂ ਕਿਹਾ ਇਹਨੇ ਐ ਦੇਖੋ ਇਹ ਪੂਰਾ ਪੂਰਾ ਸਲਾਬ ਹੈ ਭਾਈ ਤੇ ਮੈਂ ਲੱਗਦੀ ਟੋਪੀ ਸ਼ੋਪੀ ਕਿਸੇ ਵਜ੍ਹਾ ਹੈ ਹੀ ਭੈਣੋ ਭਰਾਓ ਕਿ ਸਰਦੀ ਹੈ ਬਾਹਰ ਢਾੜੀ ਸਰਦੀ ਹੈ ਬੁਰੀ ਸਰਦੀ ਹੈ ਹੁਣ ਗੱਡੀ ਮੋਸਾ ਕਿਥੋਂ ਮੀ ਕੋ ਪਤਾ ਨਹੀਂ ਅੱਗੇ ਫਸਾਈ ਚੁੱਕੀ ਐ ਜੀ ਤੱਕੋ ਯੂਕੇ ਨੇ ਆਫ ਰੋਡ ਇਹ ਜੋਣੇ ਨੇ ਬਿਕਾ ਪੂਰਾ ਭਰਿਆ ਵਾ ਐਡਵੈਂਚਰ ਨੇ ਤੇ ਅੱਲਾ ਖੈਰ ਹੀ ਕਰਾ ਸਕੇ ਅੱਗੇ ਤੱਕ ਸਲਾਬ ਆਇਆ ਸੀ ਤੇ ਗੱਡੀ ਕਰਨੇ ਦਿਲ ਨਹੀਂ ਕੀਤਾ ਮੁੜੀ ਆਏ ਹਾਂ ਕੁਰਸਾ ਲਗੀ ਭੁੱਖ ਸਾਰਿਆਂ ਕੀ ਕੋਈ ਪਤਾ ਨਹੀਂ ਕੰਪਨੀ ਕੁਤਾ ਹੋਸੀ ਸਾੜੀ ਤੇ ਕੁਤਾ ਖਾਣਾ ਕਸਾ ਲਗਣਾ ਪਿਆ ਸਾਰੇ ਅੱਜ ਭੁੱਖੇ ਹੀ ਰਸਾਂ ਕੋਈ ਵੀ ਕੀ ਸ਼ੱਕ ਹੀ ਹੈ ਬਣਾ ਪਿਆ ਰੋਡੇ ਲੱਤ ਖੋਣਾ ਲਾ ਇਹ ਤਾਂ ਖੋਣਾ
ਇਹ ਤਾਂ ਕੋਈ ਪਹਿਲਾਂ ਭਰਾਓ ਸਾਰਾ ਵੀਰ ਨੇ ਬਾਰਬੀਕਿਊ ਜਿਹੜਾ ਮੈਂ ਕਰੀ ਜਾਂ ਜੰਗਲਾਂ ਦੇ ਵਿੱਚ ਠੀਕ ਹੋਈ ਗਿਆ ਤਾਂ ਇਹ ਤਾਂ ਕੋਈ ਨਾਲ ਦਾ ਜੰਗਲ ਜਿਸ ਤਰ੍ਹਾਂ ਫਿਰ ਬੈਠਾ ਸਲਾ ਮੈਂ ਨਾ ਤਾਂ ਕੋਈ ਬੰਦਾ ਅਤੇ ਨਾ ਬੰਦੇ ਨਹੀਂ ਜ਼ਾਤ ਹੈ ਚੈੱਕ ਕਰੋ ਬਿਲਕੁਲ ਸਾਂ ਕੀਤੀ ਹੈ ਜੋ ਵਾਈਲਡ ਕੈਂਪਿੰਗ ਠੀਕ ਹੈ ਜੀ ਇਹ ਲਗਾ ਸਾਰਾ ਟੈਂਟ ਇਹ ਸਮਾਨ ਅਤੇ ਮੈਂ ਤਾਂ ਇਕੱਲਾ ਨਹੀਂ ਹੁਣ ਉਹ ਦੋਵੇਂ ਜਣੇ ਗਏ ਗੱਡੀ 'ਚ ਕੋਈ ਸਮਾਨ ਆਉਣੇ ਤੱਕ ਉਹ ਕੱਖ ਵੀ ਨਹੀਂ ਹੈ ਭਾਈ ਪੂਰਾ ਵੇਖ ਜੰਗਲ ਵੀ ਆਮਾਨ ਇਹ ਬਾਰਬੀਕਿਊ ਅਤੇ ਇਹ ਬਾਕੀ ਸਮਾਨ ਪਿਆ ਮਾਲਾ ਕਰਨ ਵਾਸਤੇ ਯਕੀਨ ਮੰਨੋ ਕਿ ਬੜਾ ਦੁੱਖ ਲੱਗਿਆ ਗਿਆ ਭਾਈ ਹੋਰਾਂ ਨੇ ਦੂਏ ਕੰਮ ਕੀਤਾ ਸਾਡੇ ਨਾਲ ਉਹਨਾਂ ਅਸੀਂ ਪੈਸੇ ਦਿੱਤੇ ਸੀ ਤਾਂ ਜਾਈ ਰਿਹਾ ਤਾਂ ਆਉਣੇ ਪਏ ਕਿ ਤੁਸੀਂ ਹੱਥ ਹੈ ਨਹੀਂ ਕਰੀ ਸਕਣੇ ਬਾਰਬੀਕਿਊ ਨਹੀਂ ਕਰੀ ਸਕਣੇ ਤਾਂ ਪਹਿਲਾਂ ਪੁੱਛਿਆ ਸਾਨੂੰ ਕਰੀ ਸਕਣੇ ਉਹ ਗੱਡੀ ਪਸਾਈ ਹੈ ਇਤਨੇ ਉੱਥੇ ਖੱਜਲ ਹੋਏ ਹਾਂ ਯਕੀਨ ਮੰਨੋ ਕਿ ਕਹਿ ਬਾਂ ਮੈਂ ਕਹਿ ਦਾ ਬਾਂ ਹੁਣ ਤਾਂ ਇੱਥੋਂ ਮੂੰਹ ਤੋਂ ਨਿਕਲਾਂ ਪਿਆ ਸਰਦੀ ਹੈ ਮੈਂ ਅੱਗੇ ਕੋਈ ਬੈਠਾ ਵਾਂ ਤੁਹਾਡਾ ਠੀਕ ਆ ਇਨਸ਼ਾਅੱਲਾ ਤਾਂ ਮਜ਼ਾ ਆਇਆ ਸੀ ਹੁਣ ਮੈਂ ਕਿ ਹਨੇਰਾ ਕੁਝ ਦਿਸਦਾ ਪਿਆ ਮੈਂ ਕੁਝ ਤੱਕਣਾ ਕੈਮਰਾ ਕੁਧਰ ਹੈ ਲੇਕਿਨ ਬਸ ਮਜ਼ਾ ਆਈ ਗਿਆ ਇੱਕ ਵਾਰੀ ਖਾਣਾ ਬਣੀ ਜਾਣਾ ਬਹਿਣੇ ਉਸ ਚੱਕਰ ਆਉਣੇ ਫਿਰ ਇੱਧਰੋਂ ਕੋਈ ਮੈਂ ਕਿ ਵਾਸ ਨਾ ਕੋਈ ਬੰਦੇ ਆਏ ਰਹੇ ਭੈਣੋ ਭਰਾਓ ਕੋਈ ਡਾਕੂ ਚੋਰ ਨਾ ਹੋਣ ਮੈਂ ਡਰਨਾ ਪਿਆ ਕੋਈ ਜੰਗਲਾਂ 'ਚ ਇਕੱਲਾ ਛੋੜੀ ਗਏ ਮੇਰੇ ਮਾੜੇ ਦੋਸਤ ਲਗੇ ਗਏ ਨੇ ਅਤੇ ਗੁਰਗੁਰ ਹੋਣੀ ਵੀ ਬੰਦਿਆਂ ਨਹੀਂ ਸਹਿਣੀ ਆਪਣੇ ਮਾਣੇ ਗੁਰਗ ਉਹ ਅੱਲਾ ਖੈਰ ਹੈ ਕੁੜਿਓ ਭਾਈ ਤਾਰਫ ਕਰਾਓ ਉਹ ਇੱਧਰ ਨਹੀਂ ਸੁਣਾ ਉਹ ਕੁੜੇ ਵੇ ਉਹ ਪਿੱਛਾ ਮੈਂ ਦੋਸਤ ਅੱਲਾ ਮਾਰ ਰਹਾ ਹੂੰ ਨਾ ਅੱਛਾ ਨਾ ਅੱਛਾ ਇੱਧਰ ਇੱਧਰ ਮਾਗੋ ਨਾ ਅੱਛਾ ਦੋਸਤ ਨਾਲ ਨਹੀਂ ਮਾੜੇ ਮੈਂ ਇਕੱਲਾ ਨੂੰ ਪਿੱਛਾ 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 ਹਾਂ ਇਹ ਸੰਗੀ ਆਏ ਮਾੜੇ ਅੱਲਾ ਡਰਾਈਵ ਡਿਆ ਸੀ ਬਾਈ ਆਇਓ ਭੱਜ ਵੇ ਤੂੰ ਇਹ ਕੀ ਆਉਂਦਾ ਨੇ ਬੋਰੀ ਬਿਸਤਰਾ ਪਿੱਛਾ ਸਾਡਾ ਪਾਰੇ ਫੋਨ ਆ ਕੈਮਰਾ ਸ਼ਾਈ ਅਤੇ ਖੁਣ ਵਿੱਚ ਪਾਪੇ ਤਾਂ ਸੈਟਿੰਗ ਕਰੋ ਪਾਰੇ ਫੋਨ ਅੰਦਰ ਮਾਸ਼ਾ ਸੈਟਿੰਗ ਕਰੋ ਤਾਂ ਭੈਣ ਨਹੀਂ ਲਹਾਇਆ ਪੜੋ ਲੈਟਸ ਆਪਣੀ ਸੈਟਿੰਗ ਕਰੋ ਬਿਸਮਿਲਲਾ ਭਰਾਓ ਇਹ ਤਾਂ ਕੋਈ ਸੰਗੀ ਮਲਾ ਕੇ ਤਾਂ ਸਿਆਣਾ ਪਾਪੇ ਇਹ ਟਰਨ ਤੁਸੀਂ ਕਿਸ ਨੇ ਹੇ ਬਾਬਾ ਤੁਸਾਂ ਨਾਲ ਰਹੀ ਰੀਸ ਹੀ ਗਈ ਅੱਲਾ ਅੱਲਾ ਇਹ ਤਾਂ ਕੋਈ ਸਾਰੇ ਸ਼ਕਲ ਬਾਬੀ ਕਿਨ ਸੋ ਫਾਰ ਤਾਂ ਪਾਪਾ ਜਵੇਦ ਜੀ ਜੀ ਚਾਸ ਆਈ ਕਿ ਨਹੀਂ ਆਈ ਹਾਂ ਚਾਸ ਆਈ ਹੈ ਜੀ ਆ ਸਰਦੀ ਅੱਡੀ ਕੋਣੀ ਨਾ ਸਰਦੀ ਹੈ ਜੀ ਇਤਨੀ ਕੋਣੀ ਮਹਿਸੂਸ ਹੋਣੀ ਕੀ ਹਾਲ ਆ ਕਿ ਅਗ ਵਾਲੀ ਵੀ ਅਗ ਵਾਲੀ ਵੀ ਬਾਕੀ ਜੀ ਭੈਣਾ ਭਰਾਓ ਫਾਈਨਲੀ ਮੈਂ ਸਾਰਾ ਖਾਣਾ ਚਾਣਾ ਪਕਾਈ ਕਿਨੀ ਹੈ ਮਾਸ਼ਾ ਅੱਲਾ ਜ਼ਬਰਦਸਤ ਕਹਿ ਚੱਕਰੋ ਭਾਜੀ ਇਹ ਤੱਕੋ ਇਹ ਦੇਖਿਆ ਜੀ ਇਹ ਤੱਕੋ ਮਾਸ਼ਾ ਅੱਲਾ ਜ਼ਬਰਦਸਤ ਇਹ ਸਾਰੇ ਭਾਜੀ ਵੇਖ ਕੇ ਟਮਾਟਰ ਸ਼ਮਾਟਰ ਇਹ ਕਿਊਕੰਬਰ ਉਹ ਬਾਹਰ ਬਾਹਰ ਲੈ ਪਾਪੇ ਇਹ ਤਾਂ ਕੋਈ ਹਲੇ ਬਣਨਾ ਪਿਆ ਥੋੜ੍ਹਾ ਜਿਹਾ ਹੋਰ ਅਤੇ ਇਨਸ਼ਾਅੱਲਾ ਜ਼ਬਰਦਸਤ ਹੋਈ ਹੁਣ ਇਨਸ਼ਾਅੱਲਾ ਸੋ ਚੈੱਕ ਕਰਾਉਣੇ ਆ ਸਾਰਾ ਖਾਣੇ ਪੀਣੇ ਆ ਟੋਪੀ ਜੋ ਲਾਈ ਵੀ ਸਰਦੀ ਹੈ ਅਤੇ ਵੈਸੇ ਯਕੀਨ ਮੰਨੋ ਬੜਾ ਮਜ਼ਾ ਆਇਆ ਪਹਿਲੀ ਕੰਪਨੀ ਮਜ਼ਾ ਕੋਈ ਸਾਨੂੰ ਮਜ਼ਾ ਆਇਆ ਸੀ ਇਨਸ਼ਾਅੱਲਾ ਅਤੇ ਅਗਰ ਕੋਈ ਹੋਰ ਜਾਂ ਕੋਈ ਚੀਜ਼ ਦੇਖਣਾ ਚਾਹੁੰਦੇ ਜ਼ਰੂਰ ਕਮੈਂਟ ਕਰੇ ਫਿਰ ਉਹਦੇ ਵਾਈਲਡ ਕੰਪਨੀ ਕਰਾਂ ਅਗਰ ਜੇ ਪਸੰਦ ਆਇਆ ਵਲਾਗ ਜ਼ਰੂਰ ਦੱਸਿਆ ਇਨਸ਼ਾਅੱਲਾ ਤੂੰ ਕਰਨੇ ਬਿਸਮਿਲਲਾ ਟਰਾਈ ਕਰੇ ਸੋ ਚੈੱਕ ਕਰਾਉਣੇ ਆ ਖਾਣਾ ਕਿਹੋ ਜਿਹਾ ਬਿਸਮਿਲਲਾਹਿਰਰਹਿਮਾਨਿਰਰਹੀਮ ਬਿਸਮਿਲਲਾ ਆਨੇ ਰਿਵਿਊ ਮਜ਼ਾ ਆਈ ਗਿਆ ਚੱਸ ਆਈ ਗਈ ਮਾਸ਼ਾਅੱਲਾ ਜ਼ਬਰਦਸਤ ਹੁਣ ਸਾਰੇ ਖਾਣੇ ਆ ਸਭ ਮਿਲਿਆ ਖਾਣੇ ਤੋਂ ਬਾਅਦ ਇਹ ਪਾਪੇ ਪਾਪੇ ਇਰਫਾਨ ਕਿਆ ਕਰ ਰਹੇ ਹੋ ਕਿਆ ਬਣਾ ਰਹੇ ਹੋ ਚਾ ਚਾ ਪਲਾਸੋ ਚਾ ਪਲਾਸੋ ਬਿਸਮਿਲਲਾ ਉਹ ਵੀ ਅੰਗਾਰਾਂ ਪਰ ਕੋਲਿਆਂ ਪਰ ਕੋਲਿਆਂ ਪਰ ਉਹ ਬਿਸਮਿਲਲਾ ਕਰਾਂ ਪਾਪੇ ਸੱਤਵੇਂ ਬਿਸਮਿਲਲਾ ਜੇ ਦੇਸ਼ੀ ਨਿਗਰੀ ਹੈ ਬਾ ਚਾ ਨਹੀਂ ਤੇ ਦੇਸ਼ੀ ਹੋਣੇ ਸਾਰੇ ਸੋ ਹਾਂ ਜੀ ਬਸ ਇਨਸ਼ਾਅੱਲਾ ਪਾਪਾ ਪਖਾਣਾ ਕੋਲੇ ਤਾਣਾ ਮੈਂ ਦੇਸ਼ੀ ਨਿਕਲੀਏ ਤਾਂ ਇਨਸ਼ਾਅੱਲਾ ਚਾ ਬਣ ਸੀ ਵਾਹ ਸਵਾਦ ਸੀ ਫਿਰ ਸਾਡਾ ਬ੍ਰਦਰ ਚੁੱਲੇ ਨੇ ਇੰਤਜ਼ਾਮ ਸਿੱਧੇ ਕਰੀ ਰਿਹਾ ਹੁਣ ਮੈਂ ਚੁੱਲਾ ਸੈੱਟ ਕਰਸਾਂ ਤੇ ਫਿਰ ਚਾ ਛੱਡੇ ਸਾਂ ਇਹ ਪਾਪਾ ਤਾਂ ਕੁਛ ਸਾਰਾ ਕਿਆ ਕਰਨਾ ਪਿਆ ਇਹ ਸਾਰਾ ਪਾਪਾ ਇਰਫਾਨ ਇਹ ਪਤਾ ਨਹੀਂ ਕਿਹੜੀ ਕੋਈ ਸਕੀਮ ਲਾਉਣਾ ਪਿਆ ਹੁਣ ਪਾਪੇ ਚਾਰ ਖੜੇ ਫਿਰ ਚਾ ਸੇ ਕੀ ਪਲਾਸੋ ਮਜ਼ਾ ਆਇਆ ਸੀ ਮਜ਼ਾ ਨਾ ਆਇਆ ਪੈਸੇ ਵਾਪਸ ਬਾਬੀ ਕੋਲ ਮਜ਼ਾ ਆਇਆ ਸੀ ਉਸ ਕੀ ਮਾੜੇ ਨਾ ਉਹ ਚਾਰ ਮਜ਼ਾ ਆ ਸੀ ਪਾਣੀ ਘਰੇ ਦੁਬਾਰਾ ਲੱਟੀ ਹੈ ਪਾਪੇ ਹੁਣ ਲੱਟਿਆ ਨੇ ਚਾਹ ਨੀ ਬਣਨੀ ਪਾਪੇ ਬੜੇ ਇਰਫਾਨ ਲੋ ਜੀ ਤੱਕੋ ਜੀ ਸਾਰੇ ਪਾਪੇ ਜਈ ਕੋਲਿਆਂ ਬਚਾ ਕਿਸੇ ਉਬਲੀ ਤੱਕ ਭਾਈ ਇਰਫਾਨ ਦੋਸਤਾਂ ਤੂੰ ਤਾਂ ਕਮਾਲ ਕਰ ਉੜਿਆ ਅੱਜ ਇਹ ਵੀ ਜਗ੍ਹਾ ਜੰਗਲ ਤੋਂ ਬਾਅਦ ਕੋਈ ਜੰਗਲ ਵੀ ਹੈ ਬਾਣੀ 'ਚ ਨਾ ਬੰਦਾ ਨਾ ਬੰਦੇ ਨੇ ਜ਼ਾਤ ਸਾੜੀ ਬੰਨੀ ਵੀ ਚਾਹ ਅਤੇ ਨਾਲ ਟਾਂਡੀ ਬੈਠੀ ਸਾਂ ਆਈ ਕਰੀ ਇੰਜੋਏ ਪਾਪੇ ਇੱਕ ਆਵਾਜ਼ ਦੱਸ ਤਾ ਸ਼ੂਗਰ ਬਾਅਦ ਬਸ ਸੁਣਾ ਲਓ ਉਹਨਾਂ ਨੂੰ ਬਾਈ ਰਿਓ ਬਾਈ ਸ਼ੂਗਰ ਬਾਈ ਤਾਂ ਹੁਣ ਦੁੱਧ ਮਾਸ਼ਾਅੱਲਾ ਇਹ ਤੱਕੋ ਜੀ ਇਹ ਨਾਲ ਕੇਕ ਰਸ ਵੀ ਹੈ ਬੱਲੇ ਬਾਈ ਬੱਲੇ ਕੇ ਦੇਣੇ ਜੀ ਬਾਈ ਇਹ ਤੱਕੋ ਵਾਹ 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 ਇਹ ਭਜਵੇਦ ਹਾਂਜੀ ਹਾਂਜੀ ਇੱਕ ਆਵਾਜ਼ ਪੀਸੋ ਚਾਹ ਪੀਸੋ ਇਹ ਹੁਣ ਕੋਈ ਨਾ ਕੋਈ ਬਸ ਕੋਈ ਦੁੱਧ ਸ਼ੁਦੂ ਬਰਕਤ ਯਾ ਅੱਲਾ ਤਾਲਾ ਪਾਪੇ ਇਰਫਾਨ ਚੰਗੀ ਚਾਹ ਬਣੀ ਕੋਲੇ ਮਜ਼ਾ ਚਾਹ ਬਿਸਮਿਲਲਾ ਵਾਹ 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 ਪਾਪੇ ਇਰਫਾਨ ਤੂੰ ਪਾਸ ਦੋਸਤ ਚਸ ਆਈ ਗਈ
मजा आ गया। वाह 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 पे भी केक आए वे ए के नस्ल ने जी परफान जी चक्कर हो जगी जे खोलो पापा ए मैं खोलया त मैं बलला जा बंदा ने ओ पता मैं के तकी ना चाय पे ना सा तक से सोचा के से बनाई है ओ मैं अपलोड करसा वीडियो लेकिन पापे ए तो चक्कर हो नाले से चाय बनाई दी थी नाले से गल्ला करनी है यार ना ना थोड़ा शुक्रिया अदा करने पापे शुक्रिया अदा करने ये चाय पोड़ी अपनी मैं पैन पर कोई दबा नहीं सुन इस बंदे ने कोई दबार नहीं ने ये अगे जो कीता था ये शुक्र है बची गया सो उस माय डाइट ना सो आज बेड़ा कर सो हेलो हम खाना पैसे से सिर से कर बिस्मिल्लाह क्या आपने जी पीस केक आ पीस केक पीस की पता नहीं केक पीस के पीस केक बिस्मिल्लाह मार रहे हैं। हां जी वाह जी वाह ये केक खाई दियो माशाल्लाह जबरदस्त जबरदस्त बिस्मिल्लाह मार रहे हैं। ਪਹਿਲਾਂ ਤਾਂ ਭਰਾ ਉਹ ਅਸਾਂ ਬੜੇ ਆਰਾਮ ਨਾਲ ਬੈਠੇ ਸੀ ਥਾਣੇ ਸੀ ਗੱਪ ਠੱਪ ਤੱਕ ਇਹ ਮੋਲ ਬੰਦਾ ਭੱਜ ਵੇਖ ਲਈ ਗੱਲ ਹੈ ਉਹ ਪਾਪਾ ਸਾਡਾ ਸ਼ਾਇਆ ਕੈਮਰੇ ਸੁਣ ਲੇਕਿਨ ਸਾਰਾ ਪੂਰਾ ਅਸੀਂ ਇੱਥੇ ਰਾਤੀ ਹੁਣ ਰਿਹਾ ਤੱਕੋ ਰਾਤੀ ਬਾਅਦ ਚੱਕਰ ਅਸਾਂ ਬਿਲਕੁਲ ਨੇ ਰਾਤੀ ਨੇ ਤਕਰੀਬਨ 11 ਅਤੇ ਪਾਪਾ ਜਵੇਦ ਮਿਕੀ ਇਹ ਗੱਲ ਆਖਣਾ ਪਿਆ ਕਿ ਮਿਕੀ ਹੁਣ ਲੱਗੀ ਵੀ ਹੈ ਸਰਦੀ ਲਿਹਾਜ਼ਾ ਕਿ ਮੈਂ ਜਾਸੂੰ ਕਾਰ ਹੁਣ ਮੈਂ ਤਾਂ ਇਕੱਲਾ ਰਿਹਾ ਤਾਂ ਮਤਲਬ ਉਸ ਕੋ ਮਜ਼ਾ ਨਹੀਂ ਛਾਣਾ ਪਾਪੇ ਸਰ ਜਾਏਗੀ ਨਾ ਆਪਣੀ ਨਾਲ ਬਸ ਹੋਈ ਗਈ ਨਾ ਮਿਸਟੇਕ ਇਹਨਾਂ ਕੋਈ ਮਿਸਟੇਕ ਹਾਂਜੀ ਮੈਂ ਤਾਂ ਕਮਲ ਕਿ ਨਹੀਂ ਤੱਕੋ ਪਿਆ ਹੋਇਆ ਲੇਕਿਨ ਕੋਈ ਨਹੀਂ ਹੈ ਤਾਂ ਆਣੇ ਪੈਸੇ ਤਰਾਈ ਸ਼ੇਅਰ ਕਰੀ ਸਕਣੇ ਆ ਲੇਕਿਨ ਆਣੇ ਫਿਰ ਉਹ ਮਜ਼ਾ ਨਹੀਂ ਛਾਣਾ ਤਾਂ ਐਸਾ ਕੋਈ ਟੈਂਟ ਦੋ ਤਾਂ ਇਸ ਟੈਂਟੇ ਸਭ ਬੰਦਾ ਸਹੀ ਸਕਣਾ ਇੱਕ ਸਹੀ ਸਕਣਾ ਦੂਏ 'ਚ ਲੇਕਿਨ ਆਣੇ ਪੇ ਪਾਪੇ ਉਹ ਨਹੀਂ ਹੋ ਸਕਣਾ ਲਿਹਾਜ਼ਾ ਕਿ ਸਾਰਾ 11 ਵਜੇ ਹੁਣ ਇਹ ਜੁਲੀਆਂ ਘਰ ਕੈਂਪਿੰਗ ਸ਼ਪਿੰਗ ਤਾਂ ਇਹ ਤੱਕੋ ਸਕੋ ਰੱਖੇ ਤੀ ਨਿਜ਼ਾਮ ਸਾਰਾ ਸਭ ਮਤਲਬ ਜ਼ਬਰਦਸਤ ਤਰੀਕੇ ਟਾਈਮ ਗੁਜ਼ਰਿਆ ਖਾਣਾ ਛਾਣਾ ਖਾਦਾ ਗੱਪ ਠੱਪ ਹੋਈ ਹੈ ਦੋ 3 ਘੰਟੇ ਚਿਲ ਆਊਟ ਮਾਰਿਆ ਤਾਂ ਹੁਣ ਜਿਹੜਾ ਸੋ ਬਾਹਰ ਮੇ ਕੋ ਚੱਕ ਰਹੀ ਉਸਨੇ ਰਗ ਬਾਹਰ ਕਿਆ ਸਿਸਟਮ ਹੈ ਬਾਹਰ ਤਾਂ ਵੀਡੀਓ ਤਾਂ ਕਰਨੀ ਹੈ ਇਖਤਾਮ ਰਾਤੀ ਬਾਅਦ ਦੱਸਣ ਜੋ ਪਸੰਦ ਆਇਆ ਨੇ ਤਾਂ ਲਾਈਕ ਅਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਏ ਅਤੇ ਬੈਲ ਨੇ ਆਈਕਨ ਲਾਜ਼ਮੀ ਪ੍ਰੈਸ ਕਰਿਆ ਹੈ ਕਿ ਨੈਕਸਟ ਜਿਹੜਾ ਵੀਡੀਓ ਮੈਂ ਅਪਲੋਡ ਕਰਾਂ ਸਭ ਤੋਂ ਪਹਿਲੇ ਤੁਸਾਂ ਅੱਗੇ ਮਿਲਿਆ ਦੁਆ 'ਚ ਰੱਖਿਆ ਯਾਦ ਇਜਾਜ਼ਤ ਦਿਓ ਖੁਦਾ ਹਾਫਿਜ਼ ਅੱਲਾ ਅਗਰ ਵੀਡੀਓ ਤੱਕ ਪੈਰ ਭਰੋ ਸਾਰਾ ਸੀ ਜਾਂ ਟੈਂਟ ਲਾਇਆ ਸੀ ਤੱਕੋ ਸਮਾਨ ਸਾਰਾ ਸਾਂ ਇਕੱਠਾ ਕਰਨੇ ਮੈਂ ਰਬੜ ਸਾਰੀ ਬਾਈ ਸਾਂ ਰਬੜ ਸਾਰੀ ਕਲੈਕਟ ਕਰ ਸਾਂ ਅਤੇ ਹੁਣ ਜਿਹੜਾ ਨਾ ਅਤੇ ਹੁਣ ਅੱਲਾ ਖੈਰ ਕਰਿਆ ਤਾਂ ਤੱਕੋ ਨੇ ਰਗ ਬਾਹਰ ਆਪਾਂ ਦੱਸਿਆ ਸੀ ਚੰਨ ਚੜਿਆ ਕੌਣ ਚੜਿਆ ਉਹ ਚੰਨ ਦਿਸਣ ਲਗਾ ਐਂ ਦਿਖਾ ਨਿਕਲ ਦਿਸਣਾ ਪਿਆ ਤਾਂ ਹੁਣ ਇਨਸ਼ਾਅੱਲਾ ਖੈਰ ਕਰਿਆ ਤਾਂ ਜੁਲਨੇ ਆ ਸਮਾਨ ਪਿਆ ਕਰਨੇ ਆ ਉਹ ਕਲਤਾ ਸਾਰਾ ਪਾਪਾ ਜਵੇਦ ਹਨੇਰੇ ਗਬਾਰੇ ਤੱਕੋ ਖਾਈ ਚਮਕਿਆ ਭਾਅ ਜਵੇਦ ਹੋਏ ਹੁਣ ਲਿਆ ਜੁਲਨੇ ਆ ਸਮਾਨ ਪੈਕ ਕਰਨਾ ਸਾਰੇ ਇਕੱਠੇ ਜੁਲੇ ਆ ਠੀਕ ਹੈ ਇਹਦੇ ਕੋਲ ਨੇਰਾ ਗਬਾਰ ਪਾਪੇ ਲੈਟ ਮਾਰੋ ਉਹਦਾ ਛੱਡ ਲਾ ਇਹ ਤੱਕੋ ਨੂੰ ਪਾਪੇ ਲੈਟ ਕਮਾਓ ਮਾੜੇ ਕੈਮਰੇ ਨਾਲ ਹਾਂ ਫਿਰ ਉਹ ਲੈਟ ਹੈ ਤੱਕੋ ਨੂੰ ਨੇਰਾ ਗਬਾਰ ਇੰਨਾ ਕਿਸਾਂ ਕੁੱਥਾ ਚਿਰੇ ਆ ਅਸੀਂ ਆਪ ਨੂੰ ਪਤਾ ਐਸਾ ਟੈਂਟ ਹੁਣ ਜੁਲਨੇ ਆ ਤੁਸੀਂ ਚੈੱਕ ਕਰਨੇ ਆ ਮੌਲ ਮਾਸ਼ਰਾ ਬਾਦ 'ਚ ਐਸਾ ਜੀ ਆਪਣਾ ਰਾਤੀ ਹੁਣ 11:30 ਵਜੇ 12:15 ਵਜੇ ਟੈਂਟ ਸਪਣੇ ਪਏ ਆਉਣ ਤਾਂ ਬਾਅਦ ਸਰਦੀ ਇਹ ਤੱਕ ਕਿਨੂੰ ਡਬਲ ਟੋਪੀ ਲਾਈ ਵੀ ਅੰਦਰ ਤਰ੍ਹਾਂ ਮਾਹੌਲ ਗਰਮ ਸੀ ਮਜ਼ਾ ਆ ਗਿਆ ਸੀ ਤਾਂ ਭੱਜ ਗਏ ਦੋਨੋਂ ਕਦਮ ਹਾਲੀ ਤੋਂ ਜੀ ਜਿਹੜਾ ਜੀਤੇ ਕਰਨਾ ਤੁਸੀਂ ਰੋਣ ਨਾ ਰੋਣ ਕਰਾਉਂਦੇ ਹੋ ਫਿਰ ਹੀ ਕੋਈ ਸਪੋਰਟ ਨਹੀਂ।